ਅਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਦੇ ਵਿੱਚ ਦਿਨੋ ਦਿਨ ਵੱਧ ਰਹੀ ਹੈ। ਜੋ ਕਿਸਾਨੀ ਫਸਲਾਂ ਦੇ ਉਜਾੜੇ ਅਤੇ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਇੱਕ ਕਿਸਾਨ ਨੇ ਕਿਹਾ, ਸਾਹਮਣੇ ਗਾਵਾਂ ਖੜੀਆਂ ਨੇ, ਟ੍ਰੈਫਿਕ ਨਹੀਂ ਚੱਲ ਰਹੀ ਹੈ, ਟ੍ਰੈਫਿਕ ਜਾਮ ਕਰਦੀਆਂ ਨੇਗੀਆਂ ਤੇ ਨਾਲ ਪੈਸੇ ਭਰੀਆਂ ਨੇ ਇਹ ਜ਼ਿਆਦਾ ਕਰੀਆਂ ਨੇ, ਕਣਕ ਦੇ ਨਾਲ ਰੱਖਿਆ ਸੀ, ਬੱਚੇ ਘਰੇ ਛੱਡ ਕੇ ਸੀ, ਰਾਤਾਂ ਨੂੰ ਤੁਰੇ ਫਿਰਦੇ ਜੀ ਖੇਤਾਂ 'ਚ। ਗੌਰਮੈਂਟ ਤੋਂ ਕੀ ਮੰਗ ਕਰ ਰਹੇ? ਗੌਰਮੈਂਟ ਤੋਂ ਅਸੀਂ ਮੰਗ ਕਰਦੇ ਵੀ ਇਹਨਾਂ ਕੋਈ ਇੰਤਜ਼ਾਮ ਕਰੇ ਜਾ, ਵੀ ਸੜਕੀ ਨੂੰ ਗਊਸ਼ਾਲਾ ਬਣਾਈ ਹੈ ਯਾਰ, ਜਾਂ ਇਹਨਾਂ ਨੂੰ ਕਿਤੇ ਕੋਈ ਸਾਹਮਣੇ ਜਾਣ ਕੇ ਦਿਖਾਉਣਾ ਜਾ ਕੇ ਮੰਦਰ। ਠੀਕ ਆ ਜੀ। ਇਸ ਸਮੱਸਿਆ ਤੋਂ ਕਿਸਾਨ ਅਤੇ ਆਮ ਵਰਗ ਬਹੁਤ ਹੀ ਜ਼ਿਆਦਾ ਦੁਖੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਕੋਈ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਹੈ। ਲਾਈਫ ਰੰਗ ਮੀਡੀਆ ਤੋਂ ਤੇਜੀ ਸਜੂਮਾ।